ਸਾਡੀ ਟੀਮ ਨੇ ਅੱਜ ਜਾ ਕੇ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਜਿੱਥੇ ਪਵਨ ਟੀਮ ਨੂੰ ਜਿਹਨੇ ਸੁਗੰਧ ਵੀ ਖਾਧੀ ਆ, ਸਹੁੰ ਵੀ ਲਈ ਆ, ਔਰ ਉੱਥੇ ਆਪਣੇ ਪੇਪਰ ਜਿਹੜੇ ਨੇਗੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੇਗੇ। ਸੋ ਬਿਲਕੁਲ ਮੈਂ ਸਮਝਦਾ ਅੱਜ ਇੱਕ ਜੇਤੂ ਅੰਗਾਜ ਦੇ ਵਿੱਚ, ਜੇਤੂ ਲੈ ਦੇ ਵਿੱਚ ਪਵਨ ਟੀਨੂ ਜੀ ਦਾ ਰੋਡ ਸ਼ੋ ਜਲੰਧਰ 'ਚ ਹੋਇਆ ਔਰ ਪਹਿਲੀ ਵਾਰ ਹੋਇਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਜਦੋਂ ਬਾਏ ਇਲੈਕਸ਼ਨ ਹੋਈ ਸੀ ਤਾਂ ਉਸ ਸਮੇਂ ਵੀ ਮੈਂ ਇਸ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਵੱਲੋਂ ਇੰਚਾਰਜ ਸੀਗਾ ਔਰ ਉਸ ਸਮੇਂ ਅਸੀਂ ਕੰਪੇਨ 'ਚ ਗਏ ਸੀ, ਲੋਕਾਂ ਕੋਲ ਗਏ ਸੀ। ਉਸ ਸਮੇਂ ਆਮ ਆਦਮੀ ਪਾਰਟੀ 60,000 ਤੋਂ ਵੱਧ ਵੋਟਾਂ ਦੀ ਲੀਡ ਦੇ ਨਾਲ ਬਾਏ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸੀ। ਉਸ ਸਮੇਂ ਪ੍ਰਚਾਰ ਕਰਦੇ ਸੀ, ਸਾਡੇ ਸਾਰੇ ਸਾਥੀ ਪ੍ਰਚਾਰ ਕਰਦੇ ਸੀਗੇ, ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪ੍ਰਚਾਰ ਕਰਦੀ ਸੀਗੀ, ਪਰ ਲੇਕਿਨ ਜੋ ਅੱਜ ਜੋਸ਼ ਲੋਕਾਂ ਦਾ, ਜੋ ਅੱਜ ਇਕੱਠ ਇਸ ਰੋਡ ਸ਼ੋਅ ਦੇ ਵਿੱਚ ਪਵਨ ਟੀਨੂ ਜੀ ਦੇ ਰੋਡ ਸ਼ੋਅ 'ਚ ਦੇਖਣ ਨੂੰ ਮਿਲਿਆ, ਇਸ ਤੋਂ ਪਹਿਲਾਂ ਜਲੰਧਰ 'ਚ ਕਦੇ ਦੇਖਣ ਨੂੰ ਨਹੀਂ ਮਿਲਿਆ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰਨ ਜਾ ਰਹੀ ਆ। ਪਵਨ ਟੀਨੂ ਜੀ ਜਿਹੜੇ ਮੈਂ ਸਮਝਦਾ ਪੁਰਾਣੇ ਲੰਬੇ ਅਰਸੇ ਤੋਂ ਜਲੰਧਰ ਦੇ ਇਲਾਕੇ ਦੇ ਵਿੱਚ, ਪੰਜਾਬ ਦੇ ਇਲਾਕੇ ਦੇ ਅੰਦਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇਗੇ, ਪੰਜਾਬ ਦੇ ਮਸਲਿਆਂ 'ਤੇ ਗੱਲ ਕਰਦੇ ਨੇਗੇ, ਪੰਜਾਬ ਦੇ ਗਰੀਬਾਂ ਦੀ, ਮਜ਼ਦੂਰਾਂ ਦੀ, ਵਪਾਰੀਆਂ ਦੀ, ਮੁਲਾਜ਼ਮਾਂ ਦੀ, ਪੰਜਾਬ ਦੇ ਦਲਿਤ ਵਰਗ ਦੀ ਆਵਾਜ਼ ਜਿਹੜੀ ਆ। ਪਹਿਲਾਂ ਜਦੋਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਉਸ ਸਮੇਂ ਮੇਰੇ ਨਾਲ ਅਸੈਂਬਲੀ ਦੇ ਮੈਂਬਰ ਸੀਗੇ, ਜਿੱਤੇ ਹੋਏ MLA ਸੀਗੇ, ਉਸ ਸਮੇਂ ਇਹਨਾਂ ਨੇ ਬੜੀ ਲੰਬੀ ਲੜਾਈ ਜਿਹੜੀ ਆ ਉਸ ਸਮੇਂ ਦੀ ਸਰਕਾਰ ਦੇ ਖਿਲਾਫ ਵੀ ਲੜੀ ਸੀ। ਕਿਉਂਕਿ ਮੇਰਾ ਕਹਿਣ ਦਾ ਭਾਵ ਹੈ ਇੱਕ ਪਰਖਿਆ ਹੋਇਆ ਨੌਜਵਾਨ ਜਿਹੜਾ ਵਿਧਾਨ ਸਭਾਵਾਂ ਦੇ ਅੰਦਰ ਵੀ, ਵਿਧਾਨ ਸਭਾ ਤੋਂ ਬਾਹਰ ਵੀ ਲੋਕਾਂ ਦੀ ਗੱਲ ਕਰਦਾ, ਲੋਕ ਮਸਲਿਆਂ ਦੀ ਗੱਲ ਕਰਦਾ, ਉਹਨੂੰ ਆਮ ਆਦਮੀ ਪਾਰਟੀ ਨੇ ਪਵਨ ਟੀਨੂ ਜੀ ਨੂੰ ਕੈਂਡੀਡੇਟ ਬਣਾਇਆ ਗਾ। ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਕਿ ਉਹਨਾਂ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ 'ਚ ਭੇਜਿਆ ਜਾਵੇ ਜਿਹੜੇ ਜਾ ਕੇ ਕੇਂਦਰ ਸਰਕਾਰ ਨਾਲ ਮੱਥਾ ਲੈ ਸਕਣ, ਜਿਹੜੇ ਪੰਜਾਬ ਦੇ ਰੁਕੇ ਹੋਏ ਫੰਡ ਨੇਗੇ, ਰੁਕੇ ਹੋਏ ਪੈਸੇ ਨੇਗੇ, ਜਿਹੜੀਆਂ ਪੰਜਾਬ ਦੀਆਂ ਜਾਇਜ਼ ਮੰਗਾਂ ਨੇ, ਹੱਕੀ ਮੰਗਾਂ ਨੇ, ਉਹਨਾਂ 'ਤੇ ਗੱਲ ਕਰ ਸਕਣ। ਕਿਉਂਕਿ ਅੱਜ ਜੇ ਦੇਖਿਆ ਜਾਵੇ ਪੁਰਾਣੀ ਪਾਰਲੀਮੈਂਟ ਦੇ ਵਿੱਚ ਜਿੰਨੇ ਮੈਂਬਰ ਪਾਰਲੀਮੈਂਟ ਦੂਸਰੀਆਂ ਪਾਰਟੀਆਂ ਵੱਲੋਂ ਜਿੱਤ ਕੇ ਗਏ, ਕਦੇ ਕਿਸੇ ਨੇ ਕਾਂਗਰਸ ਜਿਹੜੀ ਆ ਕਿਸਾਨ ਦੇ ਹੱਕ 'ਚ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਕਾਂਗਰਸ ਦੇ ਹੱਕ ਦੇ ਵਿੱਚ ਨਾਰਾ, ਸੋਰੀ, ਕਿਸਾਨ ਦੇ ਹੱਕ ਦੇ ਵਿੱਚ, ਮਾਫ ਕਰਨਾ, ਕਿਸਾਨ ਦੇ ਹੱਕ ਵਿੱਚ ਕਦੇ ਨਾਰਾ ਨਹੀਂ ਮਾਰਿਆ। ਕਾਂਗਰਸ ਪਾਰਟੀ ਦੇ ਬਹੁਤ ਸਾਰੇ ਮੈਂਬਰ ਜਿੱਤੇ ਹੋਏ ਸੀਗੇ, ਕਾਂਗਰਸ ਪਾਰਟੀ ਦੇ ਜ਼ਿਆਦਾ ਮੈਂਬਰ ਜਿੱਤੇ ਹੋਏ ਸੀਗੇ, ਪਰ ਲੇਕਿਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ, ਮੇਰੇ ਯਾਦ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਸਾਨ ਦੇ ਹੱਕ ਵਿੱਚ ਡਟ ਕੇ ਜੇਕਰ ਖੜਿਆ ਸੀਗਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਸੀ। ਬੜੀ ਡਟ ਕੇ ਲੜਾਈ ਲੜੀ ਸੀ, ਸੈਂਟਰਲ ਹਾਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਘੇਰਿਆ ਸੀ, ਕੌਣ ਸੀਗਾ ਉਦੋਂ ਮੇਰੇ ਯਾਦ ਆ ਸਰਦਾਰ ਭਗਵੰਤ ਸਿੰਘ ਮਾਨ ਜੀ, ਸੰਜੇ ਸਿੰਘ ਜੀ ਸੀਗੇ, ਆਮ ਆਦਮੀ ਪਾਰਟੀ ਦੇ ਸਾਰੇ ਜਿੰਨੇ ਰਾਜ ਸਭਾ ਦੇ ਮੈਂਬਰ ਸੀਗੇ ਉਹ ਸੀਗੇ। ਸੋ ਹੁਣ ਅਸੀਂ ਜੇ ਅਸੀਂ ਪਵਨ ਟੀਨੂ ਜੀ ਨੂੰ ਚੁਣਿਆ ਗਾ, ਸਾਨੂੰ ਵਿਸ਼ਵਾਸ ਆ ਕਿ ਪੰਜਾਬ ਦੇ ਲੋਕਾਂ ਦੀ ਗੱਲ, ਪੰਜਾਬ ਦੇ ਮਸਲਿਆਂ ਦੀ ਗੱਲ, ਪੰਜਾਬ ਦੇ ਆਵਾਮ ਦੀ ਗੱਲ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ 'ਚ ਪਵਨ ਟੀਨੂ ਜੀ ਕਰਨਗੇ। ਔਰ ਅੱਜ ਦਾ ਜਿਹੜਾ ਜੋਸ਼ ਸੀ ਲੋਕਾਂ ਦਾ, ਅੱਜ ਦਾ ਇਕੱਠ ਸੀ ਲੋਕਾਂ ਦਾ, ਉਹ ਇਸ ਗੱਲ 'ਤੇ ਮੋਹਰ ਲਾਉਂਦਾ ਸੀਗਾ ਕਿ ਪਵਨ ਟੀਨੂ ਜੀ ਆਮ ਆਦਮੀ ਪਾਰਟੀ ਜਿਹੜੀ ਆ ਵੱਡੀ ਲੀਡ ਦੇ ਨਾਲ ਜਲੰਧਰ ਇਲੈਕਸ਼ਨ ਜਿੱਤਣ ਜਾ ਰਹੀ ਆ, ਜਲੰਧਰ ਲੋਕ ਸਭਾ ਜਿੱਤਣ ਜਾ ਰਹੀ ਆ, ਔਰ 13 ਦੀਆਂ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਅੰਦਰ 13-0 ਦੇ ਨਾਲ, ਜੋ ਨਾਰਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਤਾ ਗਾ, 13-0 ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਜਿਹੜੀਆਂ ਉਹ ਫਤਿਹ ਕਰਨ ਜਾ ਰਹੀ ਆ। ਕਿਉਂਕਿ ਆਮ ਆਦਮੀ ਪਾਰਟੀ ਨੇ 2 ਸਾਲ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਸਰਦਾਰ ਭਗਵੰਤ ਸਿੰਘ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਨੇਗੇ, ਲੋਕ ਉਹਨਾਂ ਕੰਮਾਂ ਤੋਂ ਖੁਸ਼ ਨੇਗੇ, ਪੰਜਾਬ ਦੇ ਲੋਕ
ਇਸ ਗੱਲ 'ਤੇ ਮੋਹਰ ਲਾਉਣਾ ਚਾਹੁੰਦੇ ਨੇਗੇ ਕਿ ਪੰਜਾਬ 'ਚ 14 ਟੋਲ ਪਲਾਜ਼ੇ ਪੰਜਾਬ ਦੇ ਅਸੀਂ ਮੁਫਤ ਕੀਤੇ ਨੇ ਉਹਨਾਂ ਨੂੰ, ਟੋਲ ਪਲਾਜ਼ਿਆਂ ਨੂੰ ਪੰਜਾਬ 'ਚ ਹਟਾਇਆ। ਪੰਜਾਬ ਦੇ ਇਤਿਹਾਸ ਵਿੱਚ ਜਿੰਨੀ ਪ੍ਰੈਸ ਖੜੀ ਆ ਸਾਰੀ ਪ੍ਰੈਸ ਨੋਟ ਕਰ ਲਵੇ, ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਅਕਾਲੀ ਦਲ, BJP, ਕਾਂਗਰਸ ਪਾਰਟੀ ਪ੍ਰਾਈਵੇਟ ਹੱਥਾਂ 'ਚ ਪ੍ਰਾਈਵੇਟ ਸਿਸਟਮ ਨੂੰ ਕਾਇਮ ਕਰਦੀਆਂ ਸੀਗੀਆਂ। ਤੁਹਾਨੂੰ ਪਤਾ ਹੋਊਗਾ ਕਿ ਅਕਾਲੀ ਦਲ BJP ਦੀ ਸਰਕਾਰ 'ਚ 3 ਥਰਮਲ ਪਲਾਂਟ ਪੰਜਾਬ 'ਚ ਲੱਗੇ ਸੀ, 3 ਥਰਮਲ ਪਲਾਂਟ ਲੱਗੇ ਸੀਗੇ, ਔਰ ਉਹਨਾਂ ਵਿੱਚੋਂ GVK ਗੋਬਿੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਆ ਉਹ ਪੰਜਾਬ ਸਰਕਾਰ ਨੇ ਖਰੀਦਿਆ ਔਰ ਪੰਜਾਬ ਦੇ ਲੋਕਾਂ ਨੇ ਲਾ ਕੀਤਾ। ਪਹਿਲੀ ਵਾਰ ਹੋਇਆ ਗਿਆ ਕਿ ਪ੍ਰਾਈਵੇਟ ਪ੍ਰੋਪਰਟੀ, ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਸਰਕਾਰ ਨੇ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਾ, ਪੰਜਾਬ ਸਰਕਾਰ ਦੇ ਨਾਮ ਕੀਤਾ। ਬਹੁਤ ਵੱਡੀ ਮੈਂ ਸਮਝਦਾ ਇਤਿਹਾਸਕ ਪ੍ਰਾਪਤੀ ਜਿਹੜੀ ਆ ਉਹ ਪੰਜਾਬ ਸਰਕਾਰ।